अर्जन बैली जिहड़ा है लोक गीता लोक बोलियां दे विचों निकलिया होया गीत है, एक करैक्टर है। सो मैनू तां ऐ महसूस हो रहा है कि जिवें मैं इह गीत गा रहा है कि किते ना किते गायकी दे विच मैं ही अर्जन बैली हूँ। ਜਿਹੜਾ ਇਕੱਠ ਤੁਸੀਂ ਸੈਲੀਬ੍ਰਿਟੀਜ਼ ਦਾ ਲੋਕਾਂ ਦਾ ਆਪਣੇ ਮਗਰ ਦੇਖ ਰਹੇ ਹੋ, ਫੋਨ ਆ ਰਿਹਾ, ਮੈਸੇਜਸ ਆ ਰਹੇ, ਜਦੋਂ ਸਟੂਡੀਓ 'ਚ ਖੜ ਕੇ ਅਤੇ ਜਦੋਂ ਇਹ ਗਾਣਾ ਹਿੱਟ ਹੋ ਗਿਆ, ਉਹ ਨਿਰਾਸ਼ਾ ਅਤੇ ਇਹ ਜਿੱਤ ਆਪਸ 'ਚ ਕੀ ਗੱਲਾਂ ਕਰ ਰਹੀਆਂ ਸੀ? ਸੋ ਤੁਹਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਜਦੋਂ ਤੁਸੀਂ ਮਾਲਕ ਦੀ ਰਜ਼ਾ ਵਿੱਚ ਰਹਿੰਦੇ ਹੋ ਅਤੇ ਉਦੋਂ ਫਿਰ ਦੇਰ ਪਈ ਹੋ ਜੇ, ਲੇਕਿਨ ਜਦੋਂ ਸਮਾਂ ਆਉਣਾ ਹੁੰਦਾ, ਜਦੋਂ ਮਾਲਕ ਨੇ ਕਿਰਪਾ ਕਰਨੀ ਹੁੰਦੀ ਹੈ ਅਤੇ ਫਿਰ ਕਿਰਪਾ ਹੋ ਜਾਂਦੀ ਹੈ ਅਤੇ ਕੰਮ। ਚੰਡੀਗੜ੍ਹ ਸ਼ਹਿਰ ਗੁੱਡ ਸਿਟੀ ਆ, ਮੈਂ ਉਸ ਤਰ੍ਹਾਂ ਤਾਂ ਬਹੁਤ ਵਰਲਡ ਘੁੰਮ ਲਿਆ, ਪਰ ਬਾਲੀਵੁੱਡ ਦੇ ਵਿੱਚ ਮਤਲਬ ਏਡੇ ਵੱਡੇ ਨਾਮ ਦੇ ਵਿੱਚ ਖੜ ਕੇ ਮੈਂ ਗਾਇਆ, ਮੇਰੇ ਲਈ ਬਹੁਤ ਚੰਗਾ। ਜਿੱਦਾਂ ਗਨ ਕਲਚਰ ਦੀ ਗੱਲ ਚੱਲੀ ਸੀ ਕਿ ਗਨ ਕਲਚਰ ਦੇ ਗੀਤ ਬਣਦੇ ਆ, ਮੈਂ ਕਹਿੰਦਾ ਵੀ ਗਨ ਰੱਖਣ ਵਿੱਚ ਹਥਿਆਰ ਸਾਡੇ ਗੁਰੂਆਂ ਨੇ ਸਾਨੂੰ ਵਿਰਾਸਤ ਵੀ ਦਿੱਤੇ ਆ, ਦੇਖੋ ਨੂੰ ਜ਼ੁਲਮ ਦੇ ਖਿਲਾਫ਼, ਬਦਮਾਸ਼ੀ ਲਈ ਨਹੀਂ, ਗੁੰਡਾਗਰਦੀ ਲਈ ਨਹੀਂ, ਹਥਿਆਰ ਜ਼ਰੂਰ ਰੱਖੋ, ਹਥਿਆਰਾਂ ਦੀ ਵਰਤੋਂ, ਹਥਿਆਰਾਂ ਦੇ ਗੀਤ ਗਾਓ, ਲੇਕਿਨ ਉਹ ਕਿਸੇ ਚੰਗੀ ਭਾਵਨਾ ਬਾਰੇ। ਪੰਜਾਬੀ ਗਾਇਕਾਂ ਦੇ ਜਦੋਂ ਆਡੀਓ ਕੈਸਟਾਂ ਆਉਂਦੀਆਂ ਸੀ, ਜਿਹਦੇ ਵਿੱਚੋਂ ਬੜੇ ਨਾਮੀ ਕਲਾਕਾਰ ਜਿਹਨਾਂ ਨੂੰ ਸਾਰੇ ਵਰਲਡ ਨੇ ਐਕਸੈਪਟ ਕੀਤਾ, ਸੋ ਪੰਜਾਬੀਆਂ ਦੇ ਸੁਭਾਅ ਵਿੱਚ, ਜ਼ੁਬਾਨ ਵਿੱਚ, ਸ਼ਬਦਾਂ ਵਿੱਚ ਕਿਤੇ ਨਾ ਕਿਤੇ ਉਹ ਮਾਰਸ਼ੈਲਿਟੀ ਹੈਗੀ ਆ ਜਿਹਨੂੰ ਲੋਕ ਪਿਆਰ ਕਰਦੇ ਨੇ, ਪਸੰਦ ਕਰਦੇ। ਕਮਰਸ਼ੀਅਲ ਹੋ ਕੇ ਵੀ ਪੰਜਾਬੀ ਮਾਂ ਬੋਲੀ ਨੂੰ ਇੰਨੀ ਪਹਿਲ ਦਿੱਤੀ ਕਿ ਤੁਸੀਂ ਕਦੀ ਇਹ ਨਹੀਂ ਸੋਚਿਆ ਕਿ ਮੇਰਾ ਹੁਣ ਬਸ ਮੈਂ ਹਾਲਾ ਲਾਲਾ ਕਰਾ ਦਾ ਪੂਰੀ ਦੁਨੀਆ ਦੇ ਵਿੱਚ, ਬੱਲੇ ਬੱਲੇ ਕਰਦਾ, ਤੁਸੀਂ ਉਹਦਾ ਲੜ ਫੜ ਕੇ ਰੱਖਿਆ ਅਤੇ ਦੇਖ ਲਓ ਵਾਹਿਗੁਰੂ ਨੇ ਅੱਜ ਸੁਣ ਲਈ। ਸੋ ਪਤਾ ਨਹੀਂ ਹੁੰਦਾ, ਤੁਸੀਂ ਆਪਣਾ ਕਰਮ ਕਰਦੇ ਜਾਓ, ਜਦੋਂ ਮਾਲਕ ਦਾ ਹੁਕਮ ਆਉਣਾ, ਜਦੋਂ ਮਾਲਕ ਦਾ ਦਰ ਖੋਲ੍ਹਣਾ, ਫਿਰ ਵਡਿਆਈਆਂ ਅਤੇ ਇਹ ਇੰਨਾ ਕੁਛ ਫਿਰ ਪਤਾ ਨਹੀਂ ਕਦੋਂ ਕਿਵੇਂ ਮਿਲਣਾ। ਦਾ ਮਾਣ ਵਧਾ ਰਹੇ ਨੇ ਉਹ, ਬਹੁਤ ਸਾਰੇ ਨੇ, ਲੇਕਿਨ ਦਿਲਜੀਤ ਉਹਨਾਂ ਵਿੱਚੋਂ ਇੱਕ ਵੱਖਰਾ ਹੀ ਮਿਆਰ ਖੜਾ ਕਰ ਚੁੱਕੇ। ਜਦੋਂ ਤੁਹਾਡਾ ਟੀਜ਼ਰ ਆਇਆ ਸੀਗਾ ਨਾ, ਤਾਂ ਉਹਨਾਂ ਨੇ ਟਵੀਟ ਕੀਤਾ ਸੀਗਾ, ਹੈ ਨਾ, ਅਰਜਨ ਵੈਲੀ ਨੇ ਪੈਰ ਜੋੜ ਕੇ ਗੰਡਾ ਸੀ ਮਾਰੀ। ਤੁਸੀਂ ਕੀ ਪਰਸਨਲ ਤੌਰ 'ਤੇ, ਨਿੱਜੀ ਤੌਰ 'ਤੇ, ਸ਼ਖਸੀਅਤ ਦੇ ਤੌਰ 'ਤੇ ਮਹਿਸੂਸ ਕਰਦੇ ਹੋ? ਸਾਡੇ ਪੰਜਾਬੀ ਕਰੀਬ ਕਰੀਬ ਜਿਹੜੇ ਵੱਡੇ ਗਾਇਕਾਂ ਦੇ ਸੁਨੇਹੇ ਆਏ, ਮੈਸੇਜ ਆਏ, ਭੁਪਿੰਦਰ ਭਾਅ ਜੀ ਤੁਸੀਂ ਲੇਟ ਹੋਏ, ਕਿਉਂ ਹੋਏ, ਮਾਲਕ ਦਾ ਕੀ ਹੁਕਮ ਸੀ ਪਤਾ ਨਹੀਂ, ਪਰ ਜਦੋਂ ਉਹਦਾ ਹੁਕਮ ਆਇਆ ਅਤੇ ਅਸੀਂ ਗਾਇਆ। ਸਤਿ ਸ਼੍ਰੀ ਅਕਾਲ ਹੈ ਜੀ ਸਾਰਿਆਂ ਨੂੰ। ਮੈਨੂੰ ਹਮੇਸ਼ਾ ਹੀ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਪੰਜਾਬੀ ਹਾਂ, ਲੇਕਿਨ ਸੱਚ ਮੰਨਿਓ ਸਾਡੇ ਕਲਾਕਾਰ ਜਦੋਂ ਪੂਰੀ ਦੁਨੀਆ ਦੇ ਵਿੱਚ ਸ਼ੇਰ ਵਾਂਗੂ ਗਰਜ ਜਾਂਦੇ ਨੇ ਤਾਂ ਹੋਰ ਮਾਣ ਮਹਿਸੂਸ ਹੁੰਦਾ। ਫਿਲਹਾਲ ਇਸ ਪੂਰੀ ਦੁਨੀਆ ਦੇ ਵਿੱਚ ਵੱਸਦੇ ਪੰਜਾਬੀਆਂ ਦਾ ਇੱਕ ਜਿਹੜਾ ਕਲਾਕਾਰ ਸ਼ੇਰ ਕਹਿ ਸਕਦੇ ਹਾਂ, ਜਿਸ ਦੀ ਆਵਾਜ਼ ਦਹਾੜ ਰਹੀ ਹੈ, ਉਹ ਹੈ ਜੀ ਵਨ ਐਂਡ ਓਨਲੀ ਅਰਜਨ ਵੈਲੀ ਫੇਮ ਭੁਪਿੰਦਰ ਬੱਬਲ ਬਾਜੀ, ਅਤੇ ਦੂਸਰੇ ਨੇ ਸ਼ਿੱਦਤ ਵਾਲੇ ਕਲਾਕਾਰ। ਸੋ ਦੋਨਾਂ ਦਾ ਹੀ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਸਰ, ਪੰਜਾਬੀ ਫਿਲਮਾਂ ਆਉਂਦੀਆਂ ਨੇ, ਫਿਰ ਬਾਲੀਵੁੱਡ ਫਿਲਮਾਂ ਆਉਂਦੀਆਂ ਨੇ, ਪਹਿਲਾਂ ਕੀ ਸੀਗਾ ਬਾਲੀਵੁੱਡ ਫਿਲਮਾਂ ਦੇ ਵਿੱਚ ਜਦੋਂ ਪੰਜਾਬੀ ਕਲਾਕਾਰ ਹੁੰਦਾ ਸੀ ਉਦੋਂ ਦਾ ਮਿਆਰ ਉੱਚਾ ਸਮਝਣ ਲੱਗ ਗਏ ਸੀ ਅਸੀਂ, ਕਿਉਂਕਿ ਅਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਬੀਟ ਕਰਨ ਲੱਗ ਗਏ ਸੀ? ਪਹਿਲੀ ਵਾਰ ਇੱਦਾਂ ਹੋਇਆ ਕਿ ਟੀਜ਼ਰ ਆਇਆ ਅਤੇ ਟੀਜ਼ਰ ਗਾਣੇ ਵੱਲੋਂ ਚੱਕਿਆ ਗਿਆ, ਔਰ ਫਿਰ ਉਸ ਤੋਂ ਬਾਅਦ ਮੈਂ ਕਹਿੰਦੀ ਹਾਂ ਤੁਸੀਂ ਪੂਰੀ ਦੁਨੀਆ ਦੇ ਵਿੱਚ ਕਿਆ ਗਰਜ ਰਹੇ ਹੋ ਜੀ। ਜਿਹੜਾ ਪੰਜਾਬੀ ਫੋਕ ਹੈ ਜਾਂ ਪੰਜਾਬੀ ਫੋਕ ਆਵਾਜ਼ ਹੈ, ਇਹ ਮੇਰਾ ਖਿਆਲ ਆ ਦੁਨੀਆ ਨੇ ਜਦੋਂ ਕਦੋਂ ਵੀ ਫਿਲਮਾਂ ਦੇ ਵਿੱਚ ਜਾਂ ਕਿਸੇ ਵੀ ਉਹਦੇ 'ਚ ਉਹਨੂੰ, ਜਾਂ ਜਿਵੇਂ ਗਾਇਕ ਪ੍ਰੋਗਰਾਮ ਵੀ ਕਰਨ ਜਾਂਦੇ, ਅਤੇ ਪੰਜਾਬੀ ਗਾਇਕਾਂ ਦੇ ਜਦੋਂ ਆਡੀਓ ਕੈਸਟਾਂ ਆਉਂਦੀਆਂ ਸੀ, ਜਿਹਦੇ ਵਿੱਚੋਂ ਬੜੇ ਨਾਮੀ ਕਲਾਕਾਰ ਜਿਹਨਾਂ ਨੂੰ ਸਾਰੇ ਵਰਲਡ ਨੇ ਐਕਸੈਪਟ ਕੀਤਾ, ਸੋ ਪੰਜਾਬੀਆਂ ਦੇ ਸੁਭਾਅ ਵਿੱਚ, ਜ਼ੁਬਾਨ ਵਿੱਚ, ਸ਼ਬਦਾਂ ਵਿੱਚ ਕਿਤੇ ਨਾ ਕਿਤੇ ਉਹ ਮਾਰਸ਼ੈਲਿਟੀ ਹੈਗੀ ਆ ਜਿਹਨੂੰ ਲੋਕ ਪਿਆਰ ਕਰਦੇ ਨੇ, ਪਸੰਦ ਕਰਦੇ ਨੇ। ਬਿਲਕੁਲ ਸਹੀ ਕਿਹਾ ਤੁਸੀਂ। ਸਰ, ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹਾਂਗੇ, ਤੁਸੀਂ ਮੈਂ ਬੇਸ਼ੁਮਾਰ ਕੰਮ ਕੀਤਾ, ਸੋਹਣੇ ਸੋਹਣੇ ਗਾਣੇ ਦਿੱਤੇ, ਯਾਰੀਆਂ ਦੀ ਗੱਲ ਕਰੀਏ, ਸੱਤਿਆ ਪ੍ਰੇਮ ਦੀ ਗੱਲ ਕਰੀਏ, ਲੇਕਿਨ ਜਦੋਂ ਇਹ ਵਾਲਾ ਗਾਣਾ ਤੁਸੀਂ ਕਰ ਰਹੇ ਸੀ ਮਿਊਜ਼ਿਕ, ਹੈ ਨਾ, ਅਤੇ ਤੁਹਾਨੂੰ ਕੀ ਉਹ ਸ਼ਿੱਦਤ ਵਾਲਾ ਮੈਨੂੰ ਫੀਲ ਆ ਰਹੀ ਸੀ ਕਿ ਬਸ ਹੁਣ ਅਸੀਂ ਛਾਣ ਵਾਲੇ ਹਾਂ ਆਲ ਓਵਰ ਦਾ ਵਰਲਡ? ਮੈਂ ਹਮੇਸ਼ਾ ਨਾ ਇਹ ਇੱਕ ਉਹ ਕਰਤਾ ਹੂੰ, ਬਾਤ ਬੋਲਤਾ ਹੂੰ ਕਿ ਅ ਮਿਊਜ਼ੀਸ਼ੀਅਨ ਕੈਨ ਨਾਟ ਅਫੋਰਡ ਟੂ ਹੈਵ ਫੇਵਰੇਟਸ, ਮਤਲਬ ਮੇਰੇ ਕੋਈ ਫੇਵਰੇਟਸ ਨਹੀਂ ਹੋ ਸਕਦੇ, ਅਗਰ ਮੇਰੇ ਫੇਵਰੇਟਸ ਹੋਣਗੇ ਤਾਂ ਮੈਂ ਵੈਸੇ ਹੀ ਬਣਾਉਣ ਲੱਗ ਜਾਊਂਗਾ। तो मेरे लिए एक एक्सपेरिमेंट था ये, और बहुत ज़्यादा मज़ा आया बनाते वक्त, तो मैंने बहुत इसमें अपनी जितनी भी मेरी एक भूख थी पंजाबी म्यूज़िक को प्रेजेंट करने की, मैंने इससे पहले पंजाबी म्यूज़िक कम ही प्रेजेंट किया,
तो वो जो भूख थी वो मेरी बहुत पूरी हुई है इस गाने में। ऑब्वियसली बबल पाजी थे तो कुछ गलती कर रहे हैं, कुछ स्कोप ही नहीं था। राइट, एक और गल, असी इस गाने नू लूप ते सुन रहे हैं, मैंने लगता टीजर तो बाद ईगरली वेट स्टार्ट हो गई सी। मैं तो पूरी रिसर्च कर छड़ी किन्ने किन्ने गाया फोक गाना एंड ऑल है ना, बट तुसी खुद जो मतलब स्टूडियो दे विच सुनदे सी इस गाने को हजारों बारी, मैं तो ऑब्वियसली मैं तो बनाया है वो गाना तो मैं तो हजारों बारी सुना है, मिक्स के टाइम पे मास्टर के टाइम पे हजारों बारी सुना है। मेरा यही रहता है कि अगर आप हजारों बारी सुन के भी गाने को बोर नहीं होते तो जब आप सुनोगे तो पब्लिक सुनेगी सुनेगी। भाजी तुसीं बड़ी प्यारी गल कही सी कि वाहेगुरु के हुक्म तो बिना कभी पत्ता भी नहीं हिलता। सो देखो किन्ने सालों तो सफ़र करते आ रहे थे, मैंनू एक गल तुहाडी बड़ी वधिया लगी कि तुसीं कमर्शियल हो के भी पंजाबी माँ बोली नू इन्नी पहल दिती कि तुसीं कभी यह नहीं सोचा कि मेरा हुण बस मैं हाला लाला करा दा पूरी दुनिया के बल्ले बल्ले करा दा, तुसीं उहदा लड़ फड़ के रखिया तो देख लो वाहेगुरु ने अज सुन ली। जी समा हुंदा ओह मालक बख्शदा जी, किसी नू अर्ली टाइम दे विच समा मिलदा, किसी नू विचाले जी मिलदा, किसी नू अंत विच मिलदा जी। मैं इत्थे साईं ज़हूर जी दी गल करनी चाहुंदा है, 70 साल उन्होंने सारी उम्र गाया जी, लेकिन ढिड भर के रोटी नहीं खाते। जदों 70 साल बाद कदे लोगों ने सुनिया आवाज़ पछाणी या उन्होंने गीत सुने, फिर उन्होंने इन्ना कमान सत्कार मिलया। मेरे ख्याल मैं पिछे जा एक इंटरव्यू सुनता सी, अमिताभ बच्चन साहब दिल्ली भी शूटिंग करते, जो उन्होंने पता लग्या कि बॉम्बे साईं ज़हूर आया तो उन्होंने अपनी शूटिंग छड़ के या किस तरह वो बॉम्बे पहुँचे उन्होंने मिलन गए। सो पता नहीं हुंदा, तुसी अपना कर्म करते जाओ, जो मालक का हुक्म आना है, जो मालक का दर खोलना है, फिर वडियाइयां ते इन्ना कुछ फिर पता नहीं कदों किवें मिलना। बिल्कुल सही गल है, असं सारे जानते हैं कि इस टाइम जड़े साढ़े जड़े पग का माण वधा रहे ने वह बहुत सारे ने, लेकिन दिलजीत उन्हां विचों एक वक्खरा ही म्यार खड़ा कर चुके। जो तो टीजर आया सीगा ना तो उन्होंने ट्वीट किया सीगा है ना, अर्जन वैली ने पैर जोड़ के गंडासी मारी। सो उस तो बाद एक एक करके मान साहब भी तुहानूं सुनदे आए ने, एंड हुण रीसेंटली बहुत सारे कलाकार ने जड़े बैक टू बैक यू नो तुहाडे इस गीत के मुरीद हो चुके ने। भाजी किस तरह दुनिया बदलती हुण तुसीं की परसनल तौर पर निजी तौर पर शख्सियत के तौर पर महसूस कर रहे हो? मैनू साढ़े पंजाबी करीब करीब जड़े वड्डे गायकों के सुनेहे आए, मैसेज आए, भुपिंदर भाजी तुसी लेट होए, क्यों होए, मालक का की हुक्म सी पता नहीं, पर जदों उहदा हुक्म आया तो असी गाया है, वो सबब कैसा तो किवें बनिया, दिल्ली सॉरी बॉम्बे फिल्म डायरैक्टर तो मैनू जदों कॉल आई, पहला 2 बारी तो मैनू भरोसा जहा ही नहीं होया कि मेरे नाल कोई मजाक करदा कि हिंदी फिल्म दे विच मैं किवें गाऊंगा। खैर जदों गल थोड़ी ठीक लगी, मैं डिस्कशन हुई, जदों उन्हां दी रिक्वायरमेंट सुनी कि इस तरह एक पंजाब दे पिंड दी आवाज़ चाहीदी है, सानू बॉलीवुड दा सिंगर नहीं चाहीदा, इहदे लई कोई पिंड दा पंजाबी सिंगर चाहीदा। तो रेमंत मरवाहा मेरा स्टूडेंट है, मेरा बच्चा है, वह कितने ना कितने उस फिल्म नाल जुड़िया होया है। उन्हें जिक्र किया कि चंडीगढ़ के एक सिंगर हैगा जेड़ा इस तरह की आवाज़ तो इस तरह की फीलिंग वाला गायक हैगा। जदों साड़ी मीटिंग होंदी है, जदों फिल्म की रिक्वायरमेंट डिस्कस होंदी है, तो फिर ये अर्जन बैली जेड़ा ये लोक गीता लोक बोलियां दे विचों निकलिया होया गीत है, एक करैक्टर है। हालांकि अर्जन बैली बारे डिफरेंट स्टोरियां चल पियां, एक फलाने समय का अर्जन बैली होया, एक ये अर्जन वैली कोई एक अर्जन वैली नहीं जिन्हों मुख रख के असी ये गीत गाया है, ये अर्जन वैली कोई भी वह मार्शल बंदा हो सकता है, मे बी दुला पट्टी हो सकता है, जग्गा हो सकता है, पंजाब के जिन्हें रॉबिन हुड्स पुराने जमाने के आए हैं, सो उन्होंने निकलिया हुआ करैक्टर है। सो सानू तो मैनू तो पता नहीं सी कि भी ये डिस्कशन इन्नी भी अर्जन वैली बारे, बल्कि मेरे एक पिंड दे अर्जन सिंह ने उन्होंने बेटे चीफ इंजीनियर ने उन्होंने मैनू कॉल करके कहा तू तो मेरा बापू ज्यौदा करता। सो मैनू तो ऐ महसूस हो रहा है कि जिमें मैं ये गीत गा रहा है कि कितने ना कितने गायकी दे विच मैं ही अर्जन वैली हाँ जी। सो बन गए हो जी, मैनू खुशी इस गल की कि इस फिल्म ने डायरैक्टर साहब ने पंजाबी रुतबे बरकरार रखा, पंजाबी लोग गायकी भी वगाड़न की कोशिश नहीं की, जिमें जिमें मैं इस शब्दों गाया जिमें जिमें मेरी गायकी का जोड़ा ये टिपिकल फॉर्म है जी
ਉਹਨੂੰ ਵੀ ਛੇੜਛਾੜ ਨਹੀਂ ਕੀਤੀ। ਸੋ ਪਤਾ ਨਹੀਂ ਅਸੀਂ ਪੰਜਾਬੀ ਰਾਜ ਕਰਦੇ ਆਏ ਹਾਂ ਅਤੇ ਰਾਜ ਕਰ ਰਹੇ ਹਾਂ ਅਤੇ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ। ਜੀ ਸਰ, ਇੱਕ ਬਹੁਤ ਅਹਿਮ ਸਵਾਲ, ਜਦੋਂ ਅਸੀਂ ਜ਼ਿੰਦਗੀ ਦਾ ਇੱਕ ਵੱਡਾ ਅਰਸਾ ਕੱਢ ਲੈਂਦੇ ਹਾਂ, ਮੈਂ ਜਿੱਦਾਂ ਪਹਿਲਾਂ ਵੀ ਕਿਹਾ ਕਿ ਤੁਸੀਂ ਫੋਕ ਗਾਇਕੀ ਦਾ ਲੜ ਛੱਡਿਆ ਹੀ ਨਹੀਂ, ਹੈ ਨਾ, ਇਹ ਵੀ ਸਾਡੀ ਫੋਕ ਗਾਇਕੀ 'ਚੋਂ ਨਿਕਲਿਆ ਗੀਤ ਹੈ। ਆਈ ਮੀਨ, ਜਦੋਂ ਕਦੀ ਬੰਦੇ ਨੂੰ ਨਿਰਾਸ਼ਾ ਹੁੰਦੀ ਹੈ ਕਿ ਯਾਰ ਮੈਂ ਇੰਨਾ ਸੋਹਣਾ ਕੰਮ ਕਰ ਰਿਹਾ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ, ਅਤੇ ਮਤਲਬ ਕਿਉਂ, ਹੈ ਨਾ, ਹੁਣ ਜਿਹੜੀ ਭੀੜ, ਜਿਹੜਾ ਇਕੱਠ ਤੁਸੀਂ ਸੈਲੀਬ੍ਰਿਟੀਜ਼ ਦਾ, ਲੋਕਾਂ ਦਾ ਆਪਣੇ ਮਗਰ ਦੇਖ ਰਹੇ ਹੋ, ਫੋਨ ਆ ਰਿਹਾ, ਮੈਸੇਜਸ ਆ ਰਿਹਾ, ਜਦੋਂ ਸਟੂਡੀਓ 'ਚ ਖੜ ਕੇ ਅਤੇ ਜਦੋਂ ਇਹ ਗਾਣਾ ਹਿੱਟ ਹੋ ਗਿਆ, ਉਹ ਨਿਰਾਸ਼ਾ ਅਤੇ ਇਹ ਜਿੱਤ, ਆਪਸ 'ਚ ਕੀ ਗੱਲਾਂ ਕਰ ਰਹੀਆਂ ਸੀ? ਇੱਕ ਅਖਾਣ ਹੈ ਵੀ ਦੇਰ ਆਏ ਦਰੁਸਤ ਆਏ ਜੀ। ਸੋ ਤੁਹਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ, ਜਦੋਂ ਤੁਸੀਂ ਮਾਲਕ ਦੀ ਰਜ਼ਾ ਵਿੱਚ ਰਹਿੰਦੇ ਹੋ ਅਤੇ ਉਦੋਂ ਫਿਰ ਦੇਰ ਪਈ ਹੋ ਜੇ, ਲੇਕਿਨ ਜਦੋਂ ਸਮਾਂ ਆਉਣਾ ਹੁੰਦਾ, ਜਦੋਂ ਮਾਲਕ ਨੇ ਕਿਰਪਾ ਕਰਨੀ ਹੁੰਦੀ ਆ, ਅਤੇ ਫਿਰ ਉਹ ਕਿਰਪਾ ਹੋ ਜਾਂਦੀ ਆ ਅਤੇ ਕੰਮ ਹੋ ਜਾਂਦਾ ਜੀ। ਇਹ ਅਖੀਰਲਾ ਸਵਾਲ, ਕਿਉਂਕਿ ਸਾਡੀ ਪੰਜਾਬੀ ਆਡੀਅੰਸ ਬੜੀ ਖੁਸ਼ ਹੈ, ਹੈ ਨਾ, ਜਦੋਂ ਤੁਸੀਂ ਇਸ ਗਾਣੇ ਨੂੰ ਸਟੂਡੀਓ 'ਚ ਗਾ ਰਹੇ ਸੀ ਵੱਖਰੀ ਵਾਈਬ ਸੀ, ਹੈ ਨਾ, ਲੇਕਿਨ ਜਦੋਂ ਤੁਸੀਂ ਇਹਨੂੰ ਬੌਬੀ ਦਿਓਲ ਅਤੇ ਰਣਵੀਰ ਕਪੂਰ ਨਾਲ ਖੜ ਕੇ ਗਾ ਰਹੇ ਸੀ, ਭਾਅ ਜੀ ਉਹ ਕੀ ਫੀਲ ਸੀ, ਕਿਸ ਤਰ੍ਹਾਂ ਦਾ ਉਹਨਾਂ ਦਾ ਤੁਹਾਡੇ ਪ੍ਰਤੀ ਉਹਨੂੰ ਇੱਕ ਝੁਕਾਅ ਤੁਸੀਂ ਮਹਿਸੂਸ ਕੀਤਾ? ਮੇਰੇ ਲਈ ਬਹੁਤ ਖੁਸ਼ੀ ਵਾਲੀ ਗੱਲ ਸੀ, ਕਿਉਂਕਿ ਬਾਲੀਵੁੱਡ ਦੇ ਐਡੇ ਵੱਡੇ ਸਿਤਾਰੇ, ਐਡੇ ਵੱਡੇ ਨਾਂ, ਉਹਨਾਂ ਦੇ ਵਿਚਾਲੇ ਖੜ ਕੇ ਮੈਂ ਗਾ ਰਿਹਾ ਜੀ। ਪੰਜਾਬ ਦਾ ਇੱਕ, ਭਾਵੇਂ ਚੰਡੀਗੜ੍ਹ ਸ਼ਹਿਰ ਗੁੱਡ ਸਿਟੀ ਆ, ਮੈਂ ਉਸ ਤਰ੍ਹਾਂ ਤਾਂ ਬਹੁਤ ਵਰਲਡ ਘੁੰਮ ਲਿਆ, ਪਰ ਬਾਲੀਵੁੱਡ ਦੇ ਵਿੱਚ ਮਤਲਬ ਐਡੇ ਵੱਡੇ ਨਾਮ ਦੇ ਵਿੱਚ ਖੜ ਕੇ ਮੈਂ ਗਾਇਆ, ਮੇਰੇ ਲਈ ਬਹੁਤ ਚੰਗਾ। ਅਤੇ ਭਾਅ ਜੀ, ਸਾਡੇ ਲਈ ਵੀ ਬੜੀ ਮਾਣ ਵਾਲੀ ਗੱਲ ਹੈ, ਭਾਵੇਂ ਅਰਜਨ ਵੈਲੀ ਨੂੰ ਲੋਕ ਟੋਲਣ ਲੱਗ ਗਏ ਆ, ਪਰ ਜਿਹਨਾਂ ਨੂੰ ਨਹੀਂ ਪਤਾ ਸੀ, ਚਲੋ ਉਹਨਾਂ ਨੇ ਵੀ ਹਿਸਟਰੀ ਰਿਸਰਚ ਕਰਦੇ ਹੋਏ ਪਤਾ ਲੱਗਿਆ ਹਰੀ ਸਿੰਘ ਨਲੂਏ ਦਾ ਬੇਟਾ। ਮੈਂ ਪਹਿਲਾਂ ਵੀ ਆਪਣੇ ਇੱਕ ਪੈਕੇਜ ਦੇ ਵਿੱਚ ਕਿਹਾ ਸੀਗਾ ਕਿ ਫਿਲਮ ਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਕਿਰਦਾਰ ਦਾ ਕੋਈ ਲੈਣਾ ਦੇਣਾ ਨਹੀਂ ਹੈ, ਠੀਕ ਹੈ, ਪਰ ਤੁਸੀਂ ਵੀ ਕੰਮ ਉਹੀ ਕੀਤਾ, ਉਹਨੇ ਇੱਕ ਗੰਡਾਸੀ ਦੇ ਨਾਲ, ਮੈਂ ਕਹਿੰਦੀ ਹਾਂ, ਭਾਜੜਾਂ ਪਾ ਦਿੱਤੀਆਂ ਸੀ ਅੰਗਰੇਜ਼ਾਂ ਨੂੰ, ਤੁਸੀਂ ਵੀ ਆਪਣੇ ਹਥਿਆਰ ਗਾਇਕੀ ਦੇ ਨਾਲ, ਜੋ ਕਿ ਤੁਹਾਡਾ ਹਥਿਆਰ ਹੈ ਨਾ। ਮੈਂ ਇੱਕ ਗੱਲ ਹੋਰ ਬੜੀ ਜ਼ਰੂਰੀ ਕਹਿਣੀ ਚਾਹੁੰਦਾ ਹਾਂ, ਪਿੱਛੇ ਜਾਂ ਗਨ ਕਲਚਰ ਦੀ ਗੱਲ ਚੱਲੀ ਸੀ ਕਿ ਗਨ ਕਲਚਰ ਦੇ ਗੀਤ ਬਣ ਰਹੇ ਆ, ਮੈਂ ਕਹਿੰਦਾ ਵੀ ਗਨ ਰੱਖਣ ਵਿੱਚ ਹਥਿਆਰ ਸਾਡੇ ਗੁਰੂਆਂ ਨੇ ਸਾਨੂੰ ਵਿਰਾਸਤ ਵਿੱਚ ਦਿੱਤੇ ਆ, ਲੇਕਿਨ ਉਹ ਜ਼ੁਲਮ ਦੇ ਖਿਲਾਫ, ਬਦਮਾਸ਼ੀ ਲਈ ਨਹੀਂ, ਗੁੰਡਾਗਰਦੀ ਲਈ ਨਹੀਂ। ਹਥਿਆਰ ਜ਼ਰੂਰ ਰੱਖੋ, ਹਥਿਆਰਾਂ ਦੀ ਵਰਤੋਂ, ਹਥਿਆਰਾਂ ਦੇ ਗੀਤ ਗਾਓ, ਲੇਕਿਨ ਉਹ ਕਿਸੇ ਚੰਗੀ ਭਾਵਨਾ ਵਾਲੇ। ਮੈਂ ਇਸ ਗੀਤ ਤੋਂ ਹੈਰਾਨ ਹੈ ਕਿ ਕਈ ਬੰਦਿਆਂ ਨੇ, ਹੋ ਸਕਦਾ ਵਿੱਚ ਕਿਸੇ ਨੇ ਇਤਰਾਜ਼ ਕੀਤਾ ਹੋਵੇ, ਲੇਕਿਨ ਇਹਨੂੰ ਤਾਂ ਬਜ਼ੁਰਗ ਵੀ ਸੁਣਦੇ ਨੇ, ਇਹਨੂੰ ਛੋਟੇ ਛੋਟੇ ਬੱਚੇ ਵੀ ਸੁਣਦੇ ਨੇ। ਮੈਂ ਬਹੁਤ ਸਾਰੀਆਂ ਲੇਡੀਜ਼ ਨੂੰ ਜਿੰਮ ਦੇ ਕਈ ਅਪਡੇਟ ਸੁਣਨੀਆਂ, ਉਹ ਜਿੰਮ ਕਰ ਰਹੀਆਂ ਅਤੇ ਨਾਲ ਨਾਲ ਅਰਜਨ ਵੈਲੀ ਨੇ, ਹਾਂਜੀ। ਸੋ ਇਸ ਤਰ੍ਹਾਂ ਦਾ ਸੰਗੀਤ, ਇਸ ਤਰ੍ਹਾਂ ਦੇ ਗੀਤ, ਇਸ ਤਰ੍ਹਾਂ ਦੇ ਸ਼ਬਦ, ਇਸ ਤਰ੍ਹਾਂ ਦੇ ਕਰੈਕਟਰ, ਮਾਰਸ਼ਲਟੀ ਵਾਲੇ, ਲੋਕਾਂ ਨੂੰ ਮਾਰਸ਼ਲਟੀ ਪਸੰਦ ਹੈ ਅਤੇ ਅਸੀਂ ਕਿਉਂ ਉਸ ਤੋਂ ਉਹਨਾਂ ਨੂੰ ਇਗਨੋਰ ਕਰੀਏ? ਨਹੀਂ ਭਾਅ ਜੀ, ਤੁਹਾਨੂੰ ਬਹੁਤ ਜ਼ਿਆਦਾ ਸਤਿਕਾਰ ਹੈ ਕਿ ਤੁਸੀਂ ਪੰਜਾਬੀ ਫੋਕ ਗਾਇਕੀ ਦਾ ਲੜ ਜੇ ਛੱਡਿਆ ਨਹੀਂ ਅਤੇ ਅੱਜ ਉਹਦਾ ਝੰਡਾ ਜਿਹੜਾ ਬਾਲੀਵੁੱਡ 'ਚ ਲਹਿਰਾ ਰਿਹਾ। ਸੋ ਬਹੁਤ ਸਤਿਕਾਰ, ਸੋ ਨਾਈਸ, ਥੈਂਕ ਯੂ। ਅਤੇ ਤੁਹਾਡਾ ਵੀ ਬਹੁਤ ਸ਼ੁਕਰੀਆ, ਚੰਡੀਗੜ੍ਹ 'ਚ ਆਇਓ, ਸਾਡੇ ਪੰਜਾਬ ਦਾ ਚੰਡੀਗੜ੍ਹ ਆ, ਅਰਜਨ ਵੈਲੀ ਚਾਰੇ ਪਾਸੇ ਛਾਇਆ ਹੋਇਆ, ਪਰ ਤੁਹਾਡੀ ਵਾਈਫ ਕੀ ਕਹਿ ਰਹੀ ਹੈ ਹੁਣ ਚੰਡੀਗੜ੍ਹ ਵਾਲੀ? ਚਾਰੋਂ ਪਾਸੇ ਰੋਲਾ ਪੈ ਗਿਆ ਜੀ, ਬਿਲਕੁਲ। ਸੋ ਵਿਸ਼ੂ ਆ ਵੈਰੀ ਗੁੱਡ ਲੱਕ, ਐਂਡ ਉਮੀਦ ਕਰਦੇ ਨੈਕਸਟ ਟਾਈਮ ਮਿਲਾਂਗੇ ਅਤੇ ਖੁੱਲ ਕੇ ਗੱਲਬਾਤ ਕਰਾਂਗੇ। ਸੋ ਸ਼ਿੱਦਤ ਦੇ ਨਾਲ ਤੁਹਾਨੂੰ ਵੀ ਬਹੁਤ ਪਿਆਰ ਸਤਿਕਾਰ, ਅਤੇ ਤੁਹਾਡਾ ਸਾਰਿਆਂ ਦਾ ਵੀ ਸ਼ੁਕਰੀਆ। ਫਿਲਮ ਰਿਲੀਜ਼ ਹੋ ਚੁੱਕੀ ਹੈ, ਪ੍ਰੀਮੀਅਰ 'ਤੇ ਚੱਲਿਆ, ਭਾਅ ਜੀ ਨਾਲ ਗੱਲਬਾਤ ਹੋ ਗਈ ਹੈ। ਆਪਣਾ ਪਿਆਰ ਸਾਥ, ਹਮੇਸ਼ਾ ਪੰਜਾਬੀ ਮਾਂ ਬੋਲੀ, ਪੰਜਾਬੀ ਅਤੇ ਪੰਜਾਬੀਅਤ ਲਈ ਬਣਾਏ ਰੱਖੋ, ਇਸੇ ਤਰੀਕੇ ਦੇ ਨਾਲ ਫਿਰ ਜਿਹੜੀ ਹੈ ਉਹ ਬੁਲੰਦੀਆਂ ਅਤੇ ਤੁਸੀਂ ਪਹੁੰਚ ਜਾਂਦੇ ਹੋ। ਫਿਲਹਾਲ ਦੇ ਲਈ ਸਾਨੂੰ ਦਿਓ ਇਜਾਜ਼ਤ, ਆਪਣਾ ਅਤੇ ਆਪਣੇ ਦਾ ਰੱਖੋ ਖਿਆਲ। ਸਤਿ ਸ਼੍ਰੀ ਅਕਾਲ।